ਗੁਰਦੁਆਰੇ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨਾ ਹੀ ਜਾ ਲਿਆ ਤੇਰਾ ਆਖੀ ਜਣਾ ਕਰੇ ਪਈ ਕਹਿੰਦੀ ਆ ਉਹ ਕਰੇ ਕਹਿੰਦੀ ਪਈ ਜਾ 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 ਕਰੇ ਕਹਿੰਦੀ ਪਈ ਲਿਆ ਚੱਕ ਦੇ ਇੱਕ ਧਿਰ ਕਹਿੰਦੀ ਇਹ ਜ਼ਮੀਨ ਸਾਡੀ ਆ ਦੂਜੀ ਧਿਰ ਕਹਿੰਦੀ ਨਹੀਂ ਇਹ ਜ਼ਮੀਨ ਗੁਰੂ ਘਰ ਦੀ ਆ ਬਸ ਇਸੇ ਗੱਲ ਨੂੰ ਲੈ ਕੇ ਦੋਨਾਂ ਗੁੱਟਾਂ ਦੇ ਵਿਚਾਲੇ ਜੰਮ ਕੇ ਝੜਪ ਹੋ ਗਈ ਇੱਟਾਂ ਰੋਲੇ ਡਾਂਗਾਂ ਦੇਖੋ ਕੀ ਕੁਝ ਨਹੀਂ ਚੱਲਿਆ ਕਈਆਂ ਦੇ ਸਿਰ ਪੱਟ ਗਏ ਤੇ ਕਈਆਂ ਦੀਆਂ ਬਾਹਾਂ ਟੁੱਟ ਗਈਆਂ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋ ਦੀਆਂ ਜਿੱਥੇ ਪਿੰਡ ਵਾਲਿਆਂ ਅਤੇ ਕੁਝ ਕਬਜ਼ਾਧਾਰੀਆਂ ਦੇ ਵਿੱਚ ਆਪਸੀ ਝਗੜਾ ਹੋ ਗਿਆ ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਗੱਡੀ ਰਾਜੋ ਦੇ ਵਿੱਚ ਗੁਰਦੁਆਰਾ ਬਣਾਉਣ ਦੇ ਲਈ ਇੱਕ ਏਕੜ ਜ਼ਮੀਨ ਰੱਖੀ ਹੋਈ ਸੀ ਪਰ ਦੂਜੀ ਧਿਰ ਦੇ ਵੱਲੋਂ ਜ਼ਮੀਨ ਆਪਣੀ ਹੋਣ ਦਾ ਦਾਅਵਾ ਕੀਤਾ ਗਿਆ ਇਸੇ ਨੂੰ ਲੈ ਕੇ ਉਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਵਿਵਾਦ ਇੰਨਾ ਵੱਧ ਗਿਆ ਕਿ ਕਬਜ਼ਾਧਾਰੀਆਂ ਤੇ ਪਿੰਡ ਵਾਲਿਆਂ ਦੇ ਵਿੱਚ ਝੜਪ ਹੋ ਗਈ ਅਤੇ ਇੱਟਾਂ ਰੋੜੇ ਵੀ ਚਲਾਏ ਗਏ ਝੜਪ ਦੌਰਾਨ ਉੱਥੇ ਜ਼ਮੀਨ ਵਿੱਚ ਲੱਗੇ ਹੋਏ ਨਿਸ਼ਾਨ ਸਾਹਿਬ ਵੀ ਥੱਲੇ ਡਿੱਗ ਪਏ ਅਤੇ ਕੁਝ ਹਿੱਸਾ ਫੱਟ ਵੀ ਗਿਆ ਯਾਨੀ ਕਿ ਬੇਅਦਬੀ ਹੋਈ ਆ ਨਿਸ਼ਾਨ ਸਾਹਿਬ ਦੀ ਪਰ ਪਿੰਡ ਵਾਲਿਆਂ ਦੇ ਵੱਲੋਂ ਦੁਬਾਰਾ ਨਿਸ਼ਾਨ ਸਾਹਿਬ ਨੂੰ ਉਸੇ ਹਾਲਤ ਦੇ ਵਿੱਚ ਕੱਢ ਦਿੱਤਾ ਗਿਆ ਅਤੇ ਉੱਥੇ ਅਰਦਾਸ ਵੀ ਕਰਾਈ ਗਈ ਆਓ ਦੋਨੇ ਧਿਰਾਂ ਦੀ ਗੱਲ ਸੁਣਦੇ ਹਾਂ ਕਿ ਆਖਿਰਕਾਰ ਮਾਮਲਾ ਕੀ ਹੈ ਕਿਸ ਦੇ ਨਾਂ 'ਤੇ ਇਹ ਜ਼ਮੀਨ ਹੈ ਕੀ ਗੁਰੂ ਘਰ ਦੀ ਜ਼ਮੀਨ ਹੈ ਜਾਂ ਫਿਰ ਪਿੰਡ ਵਾਲਿਆਂ ਦੀ ਸ਼ਾਮਲਾਟ ਹੈ ਆਓ ਜਾਣਦੇ ਹਾਂ ਗੱਟੀ ਰਾਜੋ ਕੇ ਜੀ ਇਹ ਸਾਡਾ ਜ਼ਮੀਨ ਦਾ ਝਗੜਾ ਹੈ ਜ਼ਮੀਨ ਇਸ ਤਰ੍ਹਾਂ ਸਾਡੇ ਆਰਥੀ ਦੇ ਰਹਿੰਦੇ ਨੇ ਅਸੀਂ ਕਿਹਦੇ ਨਾਲ ਕਿਹੜਾ ਗੁਰਮੀਤ ਸਿੰਘ ਆਰਥੀ ਹੈ ਜੀ ਉਰਫ ਕਾਲਾ ਪਿੰਡ ਮਧਰੇ ਨਿਓ ਬਾਰੇ ਕੇ ਹਾਂਜੀ ਹਾਂਜੀ ਕਹਿੰਦੇ ਨਾ ਮੇਰਾ ਨਾ ਸੱਜਣ ਤਾਂ ਜਿਹੜੀ ਭਰਾ ਬਣਿਆ ਸੀਗਾ ਅਸੀਂ ਤੋਂ ਬਾਦਲੇ ਜਗ ਤੂੰ ਜ਼ਮੀਨ ਬੀਜ ਰਿਹਾ ਕਹਿੰਦਾ ਤੂੰ ਇਹ ਵੀ ਲੈ ਤੂੰ ਉਹਦੇ ਤੂੰ ਵੀ ਲੈ ਆ ਮੈਂ ਵੀ ਲੈ ਇੱਕ ਦੋ ਵਾਰੀ ਇਹਨੇ ਇੱਕ ਵਾਰੀ ਬੀਜੀ ਹੁਣ ਮੈਂ ਸਾਰੀ ਉਮਰ ਇਹਦੀ ਬੀਜ ਦੇ ਰਿਹਾ ਇਹ ਸਰ ਜੀ ਜਦੋਂ ਨਾ ਸਾਡਾ ਰੋਲਾ ਪਿਆ ਮੈਨੂੰ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਅੱਜਕੱਲ੍ਹ ਦਿੱਤੀ ਜਾਂਦੀ ਇਹਦੇ ਵਿੱਚ ਇਹਨਾਂ ਬੱਚਿਆਂ ਦੇ ਅਸਟਾਮ ਕਰਾਏ ਨੇ ਹਰ ਸਾਲ ਹੀ ਫਸਲ ਦੇ ਮੈਂ ਅਰਥ ਜਾਂਦਾ ਸੀ ਨਾ ਜਦੋਂ ਫਸਲ ਦੇ ਹਿਸਾਬ ਨਾਲ ਇਹ ਜਾਂਦਾ ਸਾਡੇ ਕੋਲ ਅਸਟਾਮ ਕਰਾਉਂਦਾ ਸੀ ਸਾਡੇ ਕੋਲ ਅਸਟਾਮ ਕਰਾ ਕੇ ਇਹਨੇ ਨਾ ਸਾਰੇ ਬੰਦੇ ਨੇ ਫੋਟੋ ਲਵਾ ਕੇ ਬੱਚਿਆਂ ਦੇ ਫੋਟੋ ਸਾਈਨ ਕਰਵਾ ਕੇ ਖਾਲੀ ਅਸਟਾਮ ਲੈ ਲੈਂਦਾ ਸੀ ਕਹਿੰਦੀ ਨੋਟਰੀ ਨਾਲ ਬਣੀ ਸੀਗੀ ਨੋਟਰੀ ਬਣਨ ਕਰਕੇ ਇਹ ਸਾਡੇ ਨਾਲ ਹੌਲੀ ਹੌਲੀ ਕਰਦੇ ਪੰਜਾਂ ਚਾਰਾਂ ਸਾਲਾਂ ਵਿੱਚ ਮੈਨੂੰ ਪਤਾ ਲੱਗ ਗਿਆ ਐਸ ਵੀ ਪਤਾ ਲੱਗਾ ਵੀ ਮੇਰੀ ਪਹਿਲੀ ਹੜੱਪਾ ਚਾਹੁੰਦਾ ਹੁਣ ਮੈਂ ਪੰਚਾਇਤ ਨੂੰ ਸਾਰੇ ਪਿੰਡ ਨੂੰ ਨਗਰ ਨੂੰ ਮੈਂ ਅਪੀਲ ਕੀਤੀ ਮੈਂ ਕਿਹਾ ਮੇਰਾ ਸੰਯੋਗ ਦਿਓ ਇਹ ਜਿਹੜਾ ਅੱਜ ਜਿਹੜਾ ਆੜ੍ਹਤੀ ਹੈ ਨਾ ਜੱਟ ਇਹ ਮੈਨੂੰ ਲੈਂਦਾ ਮੇਰੀ ਪਹਿਲੀ ਹੜੱਪਣਾ ਚਾਹੁੰਦਾ ਹੈ ਅਤੇ ਪੰਚਾਇਤ ਬਹਿ ਕੇ ਗੁਰਦੁਆਰੇ ਫੈਸਲਾ ਕੀਤਾ ਮੈਂ ਆਖਿਆ ਗੁਰੂ ਮਹਾਰਾਜ ਜਿਹੜੇ ਮੇਰਾ ਜ਼ਮੀਨ ਦਾ ਹੱਲ ਕਰੇ ਅਤੇ ਸਾਡਾ ਲੜਾਈ ਝਗੜਾ ਮੁੱਕ ਜਾਏ ਤਾਂ ਮੈਂ ਕਿੱਲਾ ਜ਼ਮੀਨ ਦਾ ਗੁਰਦੁਆਰਾ ਦਾਨ ਕਰਾਂਗਾ ਹਾਂਜੀ ਹਾਂਜੀ ਗੁਰਦੁਆਰਾ ਨੇ ਦਿੱਤੀ ਸੀ ਕਿੱਲਾ ਹਾਂਜੀ ਇੱਥੇ ਜੀ ਮੈਂ ਤਾਂ ਮਰਗ ਹੋਈ ਸੀ ਮੈਂ ਚੱਲਿਆ ਸੀ ਸ਼ਾਹਕੁੜੀ ਜੀ ਇਹ ਮੇਰੇ ਬਾਅਦ ਦੇ ਵਿੱਚੋਂ ਸਵੇਰੇ ਮੇਰੇ ਘਰੇ ਮੁਲਾਜ਼ਮ ਆਏ ਮੁਲਾਜ਼ਮ ਮਾੜਾ ਚੰਗਾ ਬੋਲੇ ਮੇਰੇ ਪਰਿਵਾਰ ਨੂੰ ਉਹ ਜਾਣ ਲੱਗੇ ਸੰਸਕਾਰ ਤੇ ਇਹਨਾਂ ਗੱਡੀ ਦੀ ਚਾਬੀ ਕੱਢ ਕੇ ਰੋਕ ਲਿਆ ਵਿਨੋਦ ਕੁਮਾਰ ਨੇ ਜਦੋਂ ਇਹਨੇ ਰੋਕਿਆ ਉਹ ਤੋਂ ਬਾਅਦ ਸਾਰੇ ਪਿੰਡ ਦੇ ਲੋਕ ਜੁੜੇ ਉਹਨਾਂ ਗੱਲਬਾਤ ਕਰਕੇ ਉਹਦੇ ਵਿੱਚ ਇਹਨਾਂ ਇਹ ਚਲੇ ਗਏ ਪੁਲਿਸ ਚਾਬੀ ਗੱਡੀ ਦੇ ਦਿੱਤੀ ਇਹ ਚਲੇ ਗਏ ਅਸੀਂ ਚਲੇ ਗਏ ਉੱਥੇ ਮੈਂ ਸ਼ਹਿਰ ਹੈਗਾ ਸੀ ਬਾਜ਼ਾਰ ਦੇ ਵਿੱਚ ਮੈਂ ਚਲਾ ਗਿਆ ਮੈਂ ਵੀ ਇਹਨਾਂ ਦੇ ਨਾਲ ਚਲਾ ਗਿਆ
ਜਦੋਂ ਬਾਅਦ ਵਿੱਚ ਇਹਨੇ ਬੰਦੇ ਗੁਰਮੀਤ ਸਿੰਘ ਨੇ ਲਿਆ ਕੇ ਤੇ ਦਾਰੂ ਪਿਆ ਕੇ ਇਹ ਗੁਰੂ ਸਾਹਿਬ ਦੀ ਆਤਮ ਹੱਤਿਆ ਕਰਨ ਲੱਗਾ। ਇਹਨੇ ਪੱਟਿਆ ਬੇਅਦਬੀ ਬੇਅਦਬੀ ਕੀਤੀ ਇਹਨੇ ਤੇ ਨਿਸ਼ਾਨ ਸਾਹਿਬ ਪੱਟ ਕੇ ਪਰਾ ਲੈ ਗਏ ਸ਼ਰਤ ਲਿਜਾ। ਸਾਡੀਆਂ ਕੁੜੀਆਂ ਆ ਗਈਆਂ, ਭੋਗ ਖੋਣ ਲੱਗੀਆਂ, ਹੋਰ ਪਿੰਡ ਦੇ ਬੰਦੇ ਇਹਨੇ ਸੁੱਟ ਥੱਲੇ ਨਿਸ਼ਾਨ ਸਾਹਿਬ। ਸੁੱਟਣ ਤੋਂ ਬਾਅਦ ਇਹ ਬੱਚੇ ਆ ਕੇ ਰੋਲਾ ਪੈ ਗਿਆ ਇਹਨਾਂ ਦਾ। ਰੋਲਾ ਪੈਣ ਤੇ ਮੈਨੂੰ ਪਤਾ ਲੱਗਿਆ ਵੀ ਆ ਤਾਂ ਤੇਰੇ ਪਿੰਡ ਲੜਾਈ ਹੋ ਗਈ ਤੇਰੇ ਪਹਿਲੇ 'ਚ, ਤੇ ਮੈਂ ਵਾਪਸ ਆ ਕੇ ਜੀਰੇ 'ਚੋਂ ਮੈਂ ਆਪਦੇ ਬ੍ਰਦਰ ਸਰੂਰ ਸਿੰਘ ਨੂੰ ਕੀਤਾ ਫੋਨ, ਮੈਂ ਮੈਨੂੰ ਲਿਆ ਕੇ ਚੱਲ ਬੱਸ ਅੱਡੇ 'ਚੋਂ। ਦੋਵੇਂ ਭਰਾ ਆਏ, ਉਹ 'ਚੋਂ ਚਲੇ ਗਏ ਸਾਰੇ। ਅਤੇ ਹੁਣ ਇੱਥੇ ਨਿਸ਼ਾਨ ਸਾਹਿਬ ਦੀ ਬੇਅਦਬੀ, ਹਾਂਜੀ ਬੇਅਦਬੀ ਕੀਤੀ ਇਹਨਾਂ ਨੇ, ਸ਼ਰਾਬ ਪੀ ਕੇ ਇਹਨੇ ਪੱਟਿਆ ਨਿਸ਼ਾਨ ਸਾਹਿਬ ਜਿਹੜੇ ਬੰਦੇ ਨਾਲ ਕਰਦੀ ਕਿ ਨਹੀਂ ਹੁਣ ਮੌਕੇ 'ਤੇ ਆ ਕੇ। ਹਾਂਜੀ ਕੋਈ ਭਰੋਸਾ ਦਿੱਤਾ ਪੁਲਿਸ ਨੇ ਆ ਕੇ ਮੌਕੇ 'ਤੇ? ਹੁਣ ਐਂ ਤਾਂ ਕੋਈ ਨਹੀਂ ਕੀਤਾ, ਸੱਦਾਂਗੇ ਤੁਹਾਨੂੰ, ਗੱਲਬਾਤ ਕਰਾਂਗੇ ਅਖੇ। ਹਾਂਜੀ ਹੋਰ ਕੋਈ ਭਰੋਸਾ ਨਹੀਂ ਦੇਣਾ ਸਾਨੂੰ? ਨਹੀਂ ਜੀ ਇਹ ਨਹੀਂ ਗੱਲ ਕੀਤੀ ਸਾਡੇ ਕੋਈ ਪੱਛੇ, ਸਾਡੀ ਇਹ ਗੱਲ ਹੈਗੀ ਸਾਡੇ ਜਿਹੜਾ ਸਾਡਾ ਕੋਈ ਇਹ ਨਿਸ਼ਾਨ ਸਾਹਿਬ ਜਾਂ ਸਾਡੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਚਾਹੁੰਦਾ ਕਰਨਾ ਚਾਹੁੰਦਾ, ਇਹ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ। ਹਾਂਜੀ ਅਸੀਂ ਇੱਥੇ ਨਿਸ਼ਾਨ ਸਾਹਿਬ ਲਗਾਇਆ, ਇਹ ਸਾਡਾ ਗੁਰੂ ਹੈ, ਇੱਥੇ ਗੁਰਦੁਆਰਾ ਬਣਨਾ ਸੀ, ਅਸੀਂ ਇੱਕ ਕਿੱਲਾ ਪੈਲੀ ਗੁਰਦੁਆਰੇ ਦੇ ਨਾਮ ਤੇ ਮਤਲਬ ਦਾਨ ਕੀਤੀ ਸੀ ਤੇ ਕਬਜ਼ੇ ਦੇ ਤੌਰ ਤੇ ਬਾਹਰੋਂ ਬੰਦੇ ਆਏ, ਉਹਨਾਂ ਨੇ ਡਰਿੰਕ ਕੀਤੀ ਹੋਈ ਸੀ, ਡਰਿੰਕ ਵਿੱਚ ਉਹਨਾਂ ਨੇ ਨਿਸ਼ਾਨ ਸਾਹਿਬ ਉੱਟ ਕੇ ਇਹਦੀ ਬੇਅਦਬੀ ਕੀਤੀ ਹੈ ਤੇ ਉੱਥੇ ਉਹਨਾਂ ਨੇ ਸੁੱਟਤਾ ਸੀ। ਅਸੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ, ਅਸੀਂ ਨਿਸ਼ਾਨ ਸਾਹਿਬ ਚੁੱਕਣ ਲੱਗੇ ਤਾਂ ਉਹਨਾਂ ਨੇ ਸਾਡੇ ਕੋਲ ਨਿਸ਼ਾਨ ਸਾਹਿਬ ਖੋਣ ਦੀ ਕੋਸ਼ਿਸ਼ ਕੀਤੀ, ਬੇਅਦਬੀ ਕੀਤੀ, ਧੱਕਾ ਮੁੱਕੀ ਕੀਤੀ ਸਾਡੇ ਨਾਲ, ਫਿਰ ਅਸੀਂ ਉਹਨਾਂ ਕੋਲ ਇਹ ਨਿਸ਼ਾਨ ਸਾਹਿਬ ਖੋ ਕੇ ਇੱਥੇ ਵਾਪਸ ਅਸੀਂ ਲਗਾਇਆ। ਹਾਂਜੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਬੇਅਦਬੀ? ਹਾਂਜੀ ਹੋਣੀ ਚਾਹੀਦੀ ਹੈ ਜ਼ਰੂਰ, ਉਹਨਾਂ ਨੇ ਡਰਿੰਕ ਵੀ ਕੀਤੀ ਹੋਈ ਸੀ ਤੇ ਸਾਡੇ ਨਾਲ ਧੱਕਾ ਮੁੱਕੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਸਾਡੇ ਤੋਂ ਖੋਹਦੇ ਸੀ, ਪਹਿਲਾਂ ਉਹਨਾਂ ਨੇ ਇੱਥੋਂ ਪੁੱਟ ਕੇ ਉੱਥੇ ਸੁੱਟਤਾ ਸੀ। ਹਾਂਜੀ ਅਸੀਂ ਸੀ ਸਾਰੇ। ਹਾਂਜੀ ਅਜੇ ਵੈਰੀਫਾਈ ਕਰ ਰਹੇ ਹਾਂ ਜੀ। ਅਜੇ ਮਸਲੇ ਦਾ ਤਾਂ ਸਮਝ ਰਹੇ ਹਾਂ ਜੀ, ਕੋਈ ਨੀ ਜੀ, ਇੱਕ ਪਾਰਟੀ ਇਹ ਆ ਉਹਦਾ ਅਜੇ ਪੱਖ ਸੁਣਿਆ, ਦੂਸਰੀ ਪਾਰਟੀ ਦਾ ਪੱਖ ਸੁਣਦੇ ਹਾਂ, ਕੋਈ ਨੀ ਅਜੇ ਇਸ ਤਰ੍ਹਾਂ ਦੇ ਕੋਈ ਮੈਟਰ ਨੀ ਸਾਹਮਣੇ ਆ। ਵੈਰੀਫਾਈ ਕਰਾਂਗੇ ਜੀ, ਵੈਰੀਫਾਈ ਕਰਕੇ ਜੋ ਵੀ ਹੋਊਗਾ।